ਹੈਲੋ ਵੀਵਰਸ, ਅਸਲਾਮ ਵਾਲੇਕੁਮ। ਮੈਂ ਹਾਂ ਜੀ ਮੁਹੰਮਦ ਔਨ, ਤੁਸੀਂ ਵੇਖ ਰਹੇ ਹੋ ਪੀਕੇ ਟਰੈਕਟਰ ਸਟੰਟਸ ਯੂਟਿਊਬ ਚੈਨਲ। ਅੱਜ ਦੀ ਵੀਵਰਸ ਵੀਡੀਓ ਦੇ ਵਿੱਚ ਟਰੈਕਟਰ ਹੈ ਜੀ MF 350 CC। ਟਰੈਕਟਰ ਦਾ ਮਾਡਲ ਹੈ ਜੀ 2016। ਵਿਖਾਈ ਜਾਣ ਵਾਲੀ ਵੀਡੀਓ ਮੇਰੇ ਦੋਸਤ ਨੇ, ਮੋਹਤਰਮ ਨੇ, ਉਹਨਾਂ ਨੇ ਭੇਜੀ ਕੰਡੀਸ਼ਨ ਟਰੈਕਟਰ ਦੀ, ਜਿਹੜੀ ਉਹ ਸਾਰੀ ਉਹਨਾਂ ਦੇ ਬਕੌਲ ਹੈ ਜਿਹੜੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸੀ ਜਾਏਗੀ। ਬਤੌਰ ਦੋਸਤੋ ਟਰੈਕਟਰ ਦੇ ਓਨਰ ਦੇ, ਟਰੈਕਟਰ ਨੂੰ ਇਸ ਵਕਤ ਤੱਕ ਕਿਸੇ ਹਿੱਸੇ ਤੋਂ ਚਾਬੀ ਪਾਉਣਾ ਜਿਹੜਾ ਉਹ ਨਹੀਂ ਲੱਗਾ। ਟੋਟਲ ਜੈਨੂਇਨ ਟਰੈਕਟਰ ਹੈ। ਟਰੈਕਟਰ ਨੂੰ ਸਮਾਨ ਸਾਰਾ ਲੱਗਾ ਹੈ, ਛੱਤ ਬੰਪਰ ਲੱਗਾ ਹੈ, ਪਿਛਲੀ ਸੀਟ ਲੱਗੀ ਹੈ, ਨੰਬਰ ਪੰਜਾਬ ਦਾ ਲੱਗਾ ਹੈ। ਠੀਕ ਹੈ ਜੀ, ਟਰੈਕਟਰ ਦੇ ਜਿਹੜੇ ਜੈਨੂਇਨ ਟਾਇਰ ਹਨ ਜੀ ਉਹ ਟਰੈਕਟਰ ਦੇ ਖਤਮ ਹੋ ਗਏ ਅਤੇ ਉਸ ਤੋਂ ਬਾਅਦ ਟਰੈਕਟਰ ਦੇ ਜਿਹੜੇ ਪਿਛਲੇ ਟਾਇਰ ਹਨ ਉਹ ਹੁਣ ਮਾਲਕਾਂ ਨਵੇਂ ਪਵਾਏ ਨੇ। ਬਿਲਕੁਲ 0 ਮੀਟਰ ਟਾਇਰ ਹੈ ਜੀ, 16 ਲਾਨ ਨੇ। ਠੀਕ ਹੈ ਜੀ, ਇਸ ਤੋਂ ਬਾਅਦ ਟਰੈਕਟਰ ਦੇ ਜਿਹੜੇ ਪੈਦਾਨ ਹੈ ਜੀ ਉਹ ਤੁਸੀਂ ਚੈੱਕ ਕਰ ਲਓ। ਇਹ ਪੈਦਾਨਾਂ ਦਾ ਕਲਰ ਵਗੈਰਾ ਜਿਹੜਾ ਇਹ ਵੇਖ ਲਓ, ਇੰਜਣ ਦਾ ਕਲਰ ਜਿਹੜਾ ਉਹ ਚੈੱਕ ਕਰ ਲਓ। ਟਰੈਕਟਰ ਦੇ ਪੈਦਾਨ ਜਿਹੜੇ ਉਹਨਾਂ ਦੇ ਉੱਤੇ ਮਾਲਕਾਂ ਜਿਹੜੇ ਨੇ ਉਹ ਫਰਸ਼ੀ ਮੈਟ ਪਾਈ ਰੱਖੇ ਨੇ, ਇਸ ਵਜ੍ਹਾ ਤੋਂ ਕਲਰ ਜਿਹੜਾ ਉਹ ਖਰਾਬ ਨਹੀਂ ਹੋਇਆ। ਔਰ ਕਲਰ ਵੀ ਟਰੈਕਟਰ ਦਾ ਜਿਹੜਾ ਸਾਰਾ ਜੈਨੂਇਨ ਹੈ, ਇੰਜਣ ਵੀ ਟਰੈਕਟਰ ਦਾ ਜਿਹੜਾ ਉਹ ਇਸ ਟਾਈਮ ਤੱਕ ਜੈਨੂਇਨ ਹੈ। ਔਰ ਇਹ ਨਹੀਂ ਕਿ 2016 ਮਾਡਲ ਹੈ ਅਤੇ ਇੰਜਣ ਜਿਹੜਾ ਉਹ ਹੁਣ ਖਤਮ ਹੋ ਜਾ ਖਲੇ, ਇਸ ਤਰ੍ਹਾਂ ਦਾ ਸੀਨ ਨਹੀਂ ਹੈ। ਇੰਜਣ ਟਰੈਕਟਰ ਦਾ ਜਿਹੜਾ ਉਹ ਇਸ ਵਕਤ ਵੀ ਜ਼ਬਰਦਸਤ ਚੱਲ ਰਿਹਾ ਹੈ, ਬਿਲਕੁਲ ਠੀਕ ਠਾਕ ਜਿਹੜਾ ਮਤਲਬ ਵਰਕਿੰਗ ਕਰ ਰਿਹਾ। ਠੀਕ ਹੈ ਜੀ, ਇਸ ਤੋਂ ਬਾਅਦ ਟਰੈਕਟਰ ਦੀ ਜਿਹੜੀ ਬੈਕ ਸਾਈਡ ਹੈ ਉਹ ਚੈੱਕ ਕਰ ਲਓ, ਟੂਪਾਂ ਲਿੰਕਾਂ ਵੇਖ ਲਓ। ਇਹ ਦੂਸਰੀ ਸਾਈਡ ਦਾ ਟਾਇਰ ਜਿਹੜਾ ਇਹ ਚੈੱਕ ਕਰ ਲਓ। ਰਿਮਾਂ ਦਾ ਕਲਰ ਵੇਖ ਲਓ ਜੀ, ਰਿਮਾਂ ਦਾ ਕਲਰ ਵੀ ਜਿਹੜਾ ਉਹ ਵੀ ਬਿਲਕੁਲ ਜ਼ਬਰਦਸਤ ਹੈ, ਬਿਲਕੁਲ ਜਿਹੜੇ ਰਿਮ ਹੈ ਟਰੈਕਟਰ ਦੇ ਉਹ ਬਿਲਕੁਲ ਬੇਦਾਗ ਹਨ, ਕੋਈ ਯਾਨੀ ਕਿ ਦਾਗ ਧੱਬਾ ਜਿਹੜਾ ਟਰੈਕਟਰ ਦੇ ਰਿਮਾਂ ਦੇ ਉੱਤੇ ਇਸ ਵਕਤ ਤੱਕ ਨਹੀਂ ਲੱਗਾ। ਜਿਹੜੇ ਟਰੈਕਟਰ ਦੇ ਜੈਨੂਇਨ ਟਾਇਰ ਹਨ ਜੀ ਉਹ ਤਕਰੀਬਨ ਟਰੈਕਟਰ ਦੇ ਓਨਰ ਆਖ ਰਹੇ ਹਨ ਕਿ ਅੱਧੇ ਹਨ, ਅਤੇ ਉਹਨਾਂ ਜਿਹੜੇ ਉਹ ਦੇ ਕੇ ਅਤੇ ਨਾਲ ਕੁਝ ਜਿਹੜੇ ਮਤਲਬ ਪੈਸੇ ਭਰੇ ਨੇ, ਅਤੇ ਇਹ ਨਵੇਂ ਟਾਇਰ ਜਿਹੜੇ ਨੇ ਉਹ ਟਰੈਕਟਰ ਨੂੰ ਲਵਾ ਦਿੱਤੇ ਨੇ, ਇਸ ਕਰਕੇ ਕਿਉਂਕਿ ਉਹਨਾਂ ਨੇ ਟਰੈਕਟਰ ਜਿਹੜਾ ਇਹ ਸੇਲ ਕਰਨਾ ਜੀ। ਠੀਕ ਹੈ ਜੀ, ਅੱਗੇ ਵਾਲੇ ਟਾਇਰ ਜਿਹੜੇ ਟਰੈਕਟਰ ਦੇ ਉਹ ਤੁਸੀਂ ਚੈੱਕ ਕਰ ਰਹੇ ਹੋ, ਇਹ ਜੈਨੂਇਨ ਇਸ ਵਕਤ ਵੀ ਮੌਜੂਦ ਹਨ। ਠੀਕ ਹੈ ਜੀ, ਨੰਬਰ ਪੰਜਾਬ ਦਾ ਟਰੈਕਟਰ ਨੂੰ ਲੱਗਾ ਹੈ। ਬਾਕੀ ਕੰਡੀਸ਼ਨ ਜਿਹੜੀ ਉਹ ਟਰੈਕਟਰ ਦੀ ਜਿਹੜੀ ਉਹ ਤੁਸੀਂ ਮੁਕੰਮਲ ਚੈੱਕ ਕਰ ਲਈ, ਬੰਪਰ ਟਰੈਕਟਰ 'ਤੇ ਜਿਹੜਾ ਉਹ ਤੁਹਾਨੂੰ ਚੈੱਕ ਕਰਾ ਦੇਣਾ। ਇਹ ਟਰੈਕਟਰ ਦਾ ਜਿਹੜਾ ਫਰੰਟ ਤੋਂ ਬੰਪਰ ਚੈੱਕ ਕਰ ਲਓ ਜੀ, ਬੰਪਰ ਟਰੈਕਟਰ ਦਾ ਜਿਹੜਾ ਉਹ ਕਾਫੀ ਖੂਬਸੂਰਤ ਹੈ, ਕਾਫੀ ਮਜ਼ਬੂਤ ਹੈ। ਇਸ ਬੰਪਰ ਨੂੰ ਤੁਸੀਂ ਧੱਕੇ ਦੇ ਵਾਸਤੇ ਵੀ ਇਸਤੇਮਾਲ ਕਰ ਸਕਦੇ ਹੋ, ਲੇਕਿਨ ਜਿਹੜਾ ਕਲਰ ਹੈ ਬੰਪਰ ਦਾ ਉਹ ਖਰਾਬ ਹੋ ਜਾਣਾ ਅਗਰ ਤੁਸੀਂ ਧੱਕਾ ਇਸ ਨਾਲ ਲਾਇਆ ਤਾਂ। ਠੀਕ ਹੈ ਜੀ, ਬਾਕੀ ਦੋਸਤੋ ਜਿਵੇਂ ਵੀਡੀਓ ਮੇਰੇ ਕੋਲ ਪਹੁੰਚੀ ਬਿਲਕੁਲ ਉਸੇ ਤਰ੍ਹਾਂ ਤੁਹਾਡੇ ਸਾਹਮਣੇ ਜਿਹੜੀ ਪੇਸ਼ ਕੀਤੀ ਜਾ ਰਹੀ। ਕੋਈ ਵੀ ਇਸ ਵੀਡੀਓ ਦੇ ਉੱਤੇ ਮੈਂ ਆਪਣੇ ਕੋਲੋਂ ਜਿਹੜਾ ਐਕਸਟਰਾ ਕਲਰ ਆਉਂਦਾ ਫਿਲਟਰ ਵਗੈਰਾ ਜਿਹੜਾ ਉਹ ਐਡ ਨਹੀਂ ਕਰ ਰਿਹਾ, ਕਿਉਂਕਿ ਬਾਅਦ ਵਿੱਚ ਅਗਰ ਤੁਸੀਂ ਮਸਲਾ ਬਣੇ ਤਾਂ
ਤੁਸਾਂ ਮੈਂ ਇੰਨੀ ਗੱਲ ਹੀ ਕਰਨੀ ਹਨ, ਇਸ ਵਾਸਤੇ ਫਿਲਟਰ ਵਗੈਰਾ ਜਿਹੜਾ ਉਹ ਮੈਂ ਕਿਸੇ ਵੀਡੀਓ ਦੇ ਉੱਤੇ ਵੀ ਨਹੀਂ ਲੈਂਦਾ। ਜਿਵੇਂ ਜੈਨੂਇਨ ਵੀਡੀਓ ਬਣੀ ਇੰਜੇ ਤੁਹਾਡੇ ਸਾਹਮਣੇ ਪੇਸ਼ ਕੀਤੀ ਜਾ ਰਹੀ। ਠੀਕ ਹੋ ਗਿਆ। ਟਰੈਕਟਰ ਦੀ ਜਿਹੜੀ ਦੋਸਤੋ ਲੋਕੇਸ਼ਨ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ। ਟਰੈਕਟਰ ਦੀ ਲੋਕੇਸ਼ਨ ਹੈ ਜੀ ਚੌਕ ਗਰੋਟ ਹੁਸ਼ਾਬ ਦੀ। ਥਲ ਦਾ ਚੱਲੇ ਹੋਇਆ ਔਰ ਜ਼ਿਮੀਦਾਰ ਇਸਤੇਮਾਲ ਹੋਇਆ, ਬਿਲਕੁਲ ਸਾਫ਼ ਸੁਥਰਾ ਔਰ ਬਚਿਆ ਹੋਇਆ ਟਰੈਕਟਰ ਹੈ। ਠੀਕ ਹੈ ਜੀ। ਅਗਰ ਤੁਹਾਨੂੰ ਟਰੈਕਟਰ ਜਿਹੜਾ ਵੀਡੀਓ ਦੇ ਵਿੱਚ ਪਸੰਦ ਆ ਜਾਵੇ ਤਾਂ ਤੁਸੀਂ ਟਰੈਕਟਰ ਦੇ ਓਨਰ ਦੇ ਨਾਲ ਰਾਬਤਾ ਕਰ ਲੈਣਾ। ਨੰਬਰ ਜਿਹੜਾ ਉਹ ਮੈਂ ਤੁਹਾਨੂੰ ਨੋਟ ਕਰਵਾ ਦਿੰਦਾ, 0304-850-5506 ਇਹ ਟਰੈਕਟਰ ਦੇ ਓਨਰ ਦਾ ਨੰਬਰ ਹੈ। ਵੀਡੀਓ ਦੇ ਵਿੱਚ ਟਰੈਕਟਰ ਤੁਹਾਨੂੰ ਅਗਰ ਪਸੰਦ ਆ ਜਾਵੇ ਤਾਂ ਤੁਸੀਂ ਇਸ ਨੰਬਰ ਦੇ ਉੱਤੇ ਟਰੈਕਟਰ ਦੇ ਓਨਰ ਦੇ ਨਾਲ ਰਾਬਤਾ ਕਰ ਲਓ। ਅਤੇ ਅਗਰ ਤੁਹਾਨੂੰ ਵੀਡੀਓ ਦੇ ਵਿੱਚ ਟਰੈਕਟਰ ਪਸੰਦ ਨਾ ਆਵੇ ਤੁਸੀਂ ਟਰੈਕਟਰ ਨੂੰ ਜਾ ਕੇ ਵੇਖ ਲਓ ਔਰ ਟਰੈਕਟਰ ਨੂੰ ਅੱਛੀ ਤਰ੍ਹਾਂ ਚੈੱਕ ਕਰਕੇ ਟਰੈਕਟਰ ਲਓ, ਕਿਉਂਕਿ ਬਾਅਦ ਵਿੱਚ ਕੋਈ ਵੀ ਜ਼ਿੰਮੇਵਾਰੀ ਜਿਹੜੀ ਉਹ ਇਸ ਚੈਨਲ ਦੀ ਨਾ ਹੋ ਸੀ। ਠੀਕ ਹੈ ਜੀ। ਟਰੈਕਟਰ ਦੀ ਮੁਕੰਮਲ ਜਿਹੜੀ ਕੰਡੀਸ਼ਨ ਹੈ ਉਹ ਇਸ ਕਰਕੇ ਕਰੀਬ ਤੁਹਾਨੂੰ ਚੈੱਕ ਕਰਾ ਰਿਹਾ, ਕਿਉਂਕਿ ਬਾਅਦ ਦੇ ਤੁਹਾਨੂੰ ਜਿਹੜਾ ਕੋਈ ਮਸਲਾ ਨਾ ਹੋਵੇ। ਨੰਬਰ ਸਕਰੀਨ ਦੇ ਉੱਤੇ ਵੀ ਆ ਰਿਹਾ ਹੈ, ਨੰਬਰ ਤੁਹਾਨੂੰ ਬੋਲ ਕੇ ਵੀ ਦੱਸ ਦਿੱਤਾ ਹੈ। ਇਸ ਨੰਬਰ ਦੇ ਉੱਤੇ ਤੁਸੀਂ ਟਰੈਕਟਰ ਦੇ ਓਨਰ ਦੇ ਨਾਲ ਡਾਇਰੈਕਟ ਰਾਬਤਾ ਕਰ ਸਕਦੇ ਹੋ। ਔਰ ਟਰੈਕਟਰ ਦੋਸਤੋ ਪਹਿਲੇ ਓਨਰ ਦੇ ਕੋਲ ਮੌਜੂਦ ਹੈ ਇਸ ਵਕਤ ਵੀ। ਠੀਕ ਹੈ ਜੀ। ਅਤੇ ਬਕਾਇਆ ਦੋਸਤੋ ਅਗਰ ਤੁਸੀਂ ਕੋਈ ਵੀ ਟਰੈਕਟਰ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਚੈਨਲ ਨੂੰ ਵਿਜ਼ਿਟ ਕਰੋ। ਤੁਹਾਨੂੰ ਇਸ ਚੈਨਲ 'ਤੇ ਹਰ ਕਿਸਮ ਦਾ ਟਰੈਕਟਰ ਜਿਹੜਾ ਉਹ ਮਿਲ ਰਹੇ ਸੀ। ਔਰ ਅਗਰ ਤੁਸੀਂ ਕੋਈ ਟਰੈਕਟਰ ਸੇਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਚੈਨਲ ਦੇ ਜ਼ਰੀਏ ਟਰੈਕਟਰ ਸੇਲ ਵੀ ਕਰ ਸਕਦੇ ਹੋ। ਚੈਨਲ ਦੇ ਨਾਲ ਵਟਸਐਪ ਨੰਬਰ ਜਿਹੜਾ ਮੇਰਾ ਉਹ ਅਟੈਚ ਹੈ। ਤੁਸੀਂ 4 ਤੋਂ 5 ਮਿੰਟ ਦੀ ਵੀਡੀਓ ਬਣਾਇਓ ਔਰ ਇਸ ਨੰਬਰ 'ਤੇ ਮੈਨੂੰ ਵਟਸਐਪ ਕਰ ਦਿਓ, ਤੁਹਾਡੀ ਵੀਡੀਓ ਵੀ ਜਿਹੜੀ ਉਹ ਆਪਣੇ ਚੈਨਲ ਦੇ ਉੱਤੇ ਮੈਂ ਲਾ ਦੇ ਸਕਾਂ। ਕੋਈ ਵੀ ਚਾਰਜਿਸ ਜਿਹੜੇ ਵੀਡੀਓ ਲਾਉਣ ਦੇ ਨਹੀਂ ਹਨ, ਬਿਲਕੁਲ ਫਰੀ ਹੈ। ਜਿਵੇਂ ਇਸ ਦੋਸਤ ਦੀ ਵੀਡੀਓ ਲਾ ਰਿਹਾ, ਬਿਲਕੁਲ ਇਹ ਵੀ ਵੀਡੀਓ ਜਿਹੜੀ ਫਰੀ ਵਿੱਚ ਲੱਗ ਰਹੀ, ਕੋਈ ਵੀ ਇਹਦੇ ਕੋਲੋਂ ਮੈਂ ਜਿਹੜਾ ਇੱਕ ਰੁਪਇਆ ਵੀ ਨਹੀਂ ਲਿਆ। ਇਸ ਤਰ੍ਹਾਂ ਤੁਹਾਡੀ ਵੀਡੀਓ ਵੀ ਜਿਹੜੀ ਉਹ ਆਪਣੇ ਚੈਨਲ ਦੇ ਉੱਤੇ ਲਾ ਦੇ ਸਭ ਬਿਲਕੁਲ ਫਰੀ ਵਿੱਚ। ਅਤੇ ਟਰੈਕਟਰ ਦੀ ਜਿਹੜੀ ਦੋਸਤੋ ਡਿਮਾਂਡ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ। ਟਰੈਕਟਰ ਦੀ ਮਾਲਕ ਡਿਮਾਂਡ ਕਰ ਰਿਹਾ ਜੀ 25 ਲੱਖ ਰੁਪਏ। ਠੀਕ ਹੈ ਜੀ। 25 ਲੱਖ ਰੁਪਏ ਟਰੈਕਟਰ ਦੀ ਡਿਮਾਂਡ ਮਾਲਕ ਕਰ ਰਿਹਾ ਹੈ। ਔਰ ਮੌਕੇ 'ਤੇ ਜਿਹੜੀ ਕਮੀ ਪੇਸ਼ੀ ਵੀ ਇਨਸ਼ਾਅੱਲਾ ਤੁਹਾਡੇ ਨਾਲ ਜ਼ਰੂਰ ਕੀਤੀ ਜਾਏਗੀ। ਇਹ ਜਿਹੜੀ ਡਿਮਾਂਡ ਤੁਹਾਨੂੰ ਦੱਸੀ ਇਹ ਕੋਈ ਫਾਈਨਲ ਡਿਮਾਂਡ ਨਹੀਂ ਹੈ। ਠੀਕ ਹੋ ਗਿਆ ਦੋਸਤੋ। ਅਤੇ ਬਾਕੀ ਵੀ ਬਸ ਉਮੀਦ ਕਰਿਆ ਨਾ ਜੀ ਅੱਜ ਦੀ ਜਿਹੜੀ ਵੀਡੀਓ ਹੈ ਇਹ ਤੁਹਾਨੂੰ ਜ਼ਰੂਰ ਅੱਛੀ ਲੱਗੀ ਹੋ ਸੀ, ਜ਼ਰੂਰ ਪਸੰਦ ਆਈ ਹੋ ਸੀ। ਅਗਰ ਵੀਡੀਓ ਜਿਹੜੀ ਉਹ ਤੁਹਾਨੂੰ ਅੱਛੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੇ ਸੋ ਔਰ ਕਮੈਂਟ ਦੇ ਵਿੱਚ ਦੱਸੋ ਕਿ ਇਸ ਵੀਡੀਓ ਦੇ ਵਿੱਚ ਜਿਹੜਾ ਕੋਈ ਮਿਸਟੇਕ ਹੈ ਤਾਂ ਉਹ ਤੁਸੀਂ ਦੱਸ ਸਕਦੇ ਹੋ, ਜਾਂ ਡਿਮਾਂਡ ਦੇ ਬਾਰੇ ਤੁਸੀਂ ਦੱਸ ਸਕਦੇ ਹੋ ਕਿ ਡਿਮਾਂਡ ਜਿਹੜੀ ਟਰੈਕਟਰ ਦੀ ਉਹ ਓਨਰ ਜ਼ਿਆਦਾ ਕੀਤੀ ਜਾਂ ਜਾਇਜ਼ ਕੀਤੀ। ਸਮਾਨ ਸਣੇ ਟਰੈਕਟਰ ਦੀ ਜਿਹੜੀ ਡਿਮਾਂਡ ਮਾਲਕ ਕਰੇ 25 ਲੱਖ ਰੁਪਏ ਡਿਮਾਂਡ ਹੈ,
ਟਾਇਰ ਟਰੈਕਟਰ ਦੇ ਜਿਹੜੇ ਪਿੱਛੇ ਵਾਲੇ ਨੇ ਉਹ ਬਿਲਕੁਲ ਨਵੇਂ ਪਵੇਂ ਖਲੇ ਨੇ। ਅਤੇ ਬਾਕੀ ਮਿਲਦੇ ਹਾਂ ਇਨਸ਼ਾਅੱਲਾ ਨਵੀਂ ਵੀਡੀਓ ਦੇ ਨਾਲ। ਅੱਲਾ ਹਾਫਿਜ਼।